ਜਿਹੜੇ ਕਿਸਾਨ ਦਿੱਲੀ ਨੂੰ ਤਿੰਨ ਐਕਟ ਖਤਮ ਕਰਾਉਣ ਲਈ ਤੇ ਕਿਸਾਨਾਂ ਦੀ ਮਹਾ ਬਰਬਾਦੀ ਰੋਕਣ ਲਈ ਵਿਸ਼ਾਲ ਜਨ ਸਮੂਹ ਦੀ ਸਪੋਰਟ ਹਮਾਇਤ ਨਾਲ ਅਤੇ ਪਿਛਲੇ 65 ਦਿਨਾਂ ਤੋਂ ਲਗਾਤਾਰ ਸ਼ਾਂਤਮਈ ਜ਼ਿੰਮੇਦਾਰਾਨਾ ਰਾਜਨੀਤੀ ਮਕਸਦ ਤੋਂ ਬਿਨਾ ਅਤੇ ਚਾਰ ਚੀਜ਼ਾਂ ਕਾਇਮ ਰੱਖ ਕੇ ਸਾਰੇ ਦੇਸ਼ ਦੇ ਲੋਕਾਂ ਦੀ ਹਿੰਦੂ ਸਿੱਖ ਮੁਸਲਮਾਨ ਸਾਈ ਬੋਧੀ ਜੈਨੀ ਉਹਨਾਂ ਦੀ ਏਕਤਾ ਇੱਕ ਦੇਸ਼ ਦੀ ਏਕਤਾ ਖੰਡਤਾ ਨੂੰ ਖਤਮ ਨਹੀਂ ਹੋਣ ਦੇਣਾ 2 ਨੰਬਰ 3 ਕੋਈ ਰਾਜਨੀਤਿਕ ਲਾਲਚ ਨਹੀਂ ਨੰਬਰ 4 ਵਿਸ਼ਵ ਵਿਆਪੀ ਜਿਹੜੇ ਮੁੱਦੇ ਆ ਉਹ ਨਰੋਲ ਕਿਸਾਨੀ ਦੇ ਮੁੱਦੇ ਉੱਤੇ ਜਿਹੜੇ ਜਾ ਰਹੇ ਆ ਉਹਨਾਂ ਦੀ ਸਪੋਰਟ ਵਿੱਚ ਮੈਂ ਇਹ ਬਿਆਨ ਦੇ ਰਿਹਾ ਮੈਂ ਪਹਿਲੀ ਗੱਲ ਕਹਿਣਾ ਹੈ ਮੋਦੀ ਜੀ ਜਾਣਦੇ ਹੋ ਸਭ ਤੋਂ ਬੁਰਾ ਅਕਿਰਤ ਕਰਨ ਤੇ ਐਸਾਨ ਫਰاموش ਹੁੰਦਾ ਤੁਸੀਂ ਆ ਆਸਾਨ ਲਾ ਰਹੇ ਆ ਤੁਹਾਡੇ ਕਰਜ਼ੇ ਤੇ ਪੀਐਲ 480 ਜੋ ਬਚਾਉਣ ਦੇ ਅੱਜ ਕਿਸਾਨ ਨਾ ਹੁੰਦਾ ਹਿੰਦੁਸਤਾਨ ਬੈ ਹੋ ਜਾਂਦਾ ਨੰਬਰ 2 ਅੱਜ ਤੁਸੀਂ ਗੱਲ ਘੁੱਟ ਰਹੇ ਆ ਕਿਸਾਨਾਂ ਦੇ ਹਿੱਤਾਂ ਦਾ ਨੰਬਰ 3 ਕਿ ਕਿਵੇਂ ਅੱਜ ਸੰਵਿਧਾਨ ਦਾ ਦਿਨ ਹੈ ਇਸ ਦਿਨ ਤੇ ਕਿਹੜੀ ਧਾਰਾ ਹੈ ਜਿਹਦੇ ਤੇ ਤੁਸੀਂ ਸੜਕਾਂ ਤੇ ਚੱਲਣ ਤੋਂ ਰੋਕ ਰਹੇ ਆ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਪਹਿਲਾਂ ਫੇਰ ਇੱਥੇ ਹੀ ਬਸ ਨਹੀਂ ਤੁਸੀਂ 1925 ਵਿੱਚ ਵਿਦੇਸ਼ ਗਵਾਲਿਆ ਹੁੰਦਾ ਜੇ ਤੁਸੀਂ ਜਿਹੜਾ ਜੇ ਉਦੋਂ ਜੈਤੋ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਇਹਨਾਂ ਲੱਗਦੇ ਆ ਨਨਕਾਣਾ ਸਾਹਿਬ ਦਾ ਮੋਰਚਾ ਹੀ ਜਿਹੜਾ ਸਿੱਖ ਲੜ ਰਹੇ ਆ ਪੰਜਾਬੀ ਲੜ ਰਹੇ ਆ ਕਿਸਾਨ ਲੜ ਰਹੇ ਆ ਤੇ ਅੱਜ ਗੁਰੂ ਨਾਨਕ ਦੇਵ ਨੇ ਕਿਹਾ ਸੀ ਖੇਤੀਬਾੜੀ ਉੱਤਮ ਹੈ ਕਿਸਾਨ ਮਹਾਨ ਹੈ ਕਿਸਾਨ ਭਗਵਾਨ ਹੈ ਇਹਦੀ ਲੜਾਈ 30 ਕਿਸਾਨ ਜਥੇਬੰਦੀਆਂ ਤੇ ਦੂਜੀਆਂ ਪਾਰ ਜਥੇਬੰਦੀਆਂ ਲੜ ਰਹੀਆਂ ਜਿਨ੍ਹਾਂ ਨੇ ਅਰਾਜ ਦਿੱਤਾ ਉਹ ਉਹਨਾਂ ਦੇ ਉੱਤੇ ਬਿਛਾੜਾ ਪਾਣੀ ਦੀਆਂ ਪਾਰ ਰਹੇ ਹੋ ਔਰ ਬੀਬੀਆਂ ਉੱਤੇ ਅਰੇ ਦੇਸ਼ ਦੀ ਲੜਾਈ ਲੜੀ ਗਈ ਹੈ ਕਿਸਾਨਾਂ ਵੱਲੋਂ ਮੈਨੂੰ ਦੱਸੋ ਲੋਕ ਵਾਈਟ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਕੋਣ ਨਹੀਂ ਜਾਣਦੇ ਬਜ਼ਾਰਾ ਕਰਨ ਬਰਮਿੰਗਮ ਨਹੀਂ ਜਾਣਦੇ ਕੀ ਬਰਲਨ ਨਹੀਂ ਜਾਂਦਾ ਕਦੇ ਬਿਛਾੜਾ ਕਹਿੰਦੇ ਉੱਥੇ ਚਾਹ ਪਾਣੀ ਦਿੱਤਾ ਜਾਂਦਾ ਅਟਰੂਡੋ ਸਵਾਗਤ ਕਰਦਾ ਕੈਨੇਡਾ ਵਿੱਚ ਤੇ ਤੁਸੀਂ ਡਾਂਗਾ ਮਾਰ ਕੇ ਤੇ ਬਿਛਾੜਾ ਉਹ ਬੀਬੀਆਂ ਤੇ ਤੇ ਠੰਡ ਦੇ ਵਿੱਚ ਸ਼ਰਮ ਹੋਣੀ ਚਾਹੀਦੀ ਹੈ 70 70 ਦਿੱਤ ਵਿੱਚ ਦਰਸਾਲ ਦੀਆਂ ਮਾਵਾਂ ਪੂਜਨੀਕ ਉਹ ਪ੍ਰਸ਼ਾਦੇ ਬਣਾ ਰਹੀਆਂ ਔਰ ਤੁਸੀਂ ਉਹਨਾਂ ਦੇ ਉੱਤੇ ਇਹ ਸੁੱਟ ਰਹੇ ਹੋ ਮੈਂ ਤੁਹਾਨੂੰ ਇੱਕ ਗੱਲ ਸਾਫ਼ ਕਰਨੀ ਚਾਹੁੰਦਾ ਕਿ ਜੱਲਿਆਂ ਵਾਲੇ ਬਾਗ ਤੋਂ ਬਾਅਦ ਇਹ ਤੁਸੀਂ ਦੂਜਾ ਜੱਲਿਆਂ ਵਾਲੇ ਬਾਗ ਵਾਲਾ ਕਾਰਨਾਮਾ ਕਰ ਰਹੇ ਹੋ ਔਰ ਮੈਂ ਸਾਰੀਆਂ ਜਿੱਥੇ ਜਿੰਨੇ ਸਾਰ ਸਿਆਸੀ ਪਾਰਟੀਆਂ ਉਹਨਾਂ ਨੂੰ ਬੇਨਤੀ ਕਰਦਾ ਕਿ ਅਗਰਾਹਾ ਸਾਹਿਬ ਜਾਂ ਉਹਨਾਂ ਦੇ ਸਾਥੀ ਰਾਜੇਵਾਲ ਸਾਹਿਬ ਜਾਂ ਦੂਜੀਆਂ ਕਿਰਤੀ ਕਿਸਾਨ ਜਿੱਥੇ ਬੰਦੀਆਂ ਜਿੰਨੀਆਂ ਜਿੱਥੇ ਬੰਦੀਆਂ ਇਹ ਵੋਟਾਂ ਤੋਂ ਬਿਨਾ ਲੜ ਰਹੀਆਂ ਤੇ ਮੈਂ ਆਪਦੇ ਲੰਬੇ ਤਜਰਬੇ ਤੋਂ ਇਹ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਇੱਕ ਮੁੱਠ ਹੋ ਕੇ ਮੈਂ ਦੋਨੇ ਬਾਹਾਂ ਖੜੀਆਂ ਕਰਕੇ ਕਹਿਣਾ ਆਪਾਂ ਦਾਣਾ ਮਾ ਸਕਦਾ ਵੀ ਆਪਾਂ ਕਿਸਾਨੀ ਦੇ ਨਾਂ ਤੇ ਮੋਰਚੇ ਲਵਾ ਲੈਂਦੇ ਸੀ ਕਿਸਾਨਾਂ ਤੋਂ ਸਿੱਖੀ ਦੇ ਨਾਂ ਤੇ ਸਿੱਖਾਂ ਤੋਂ ਅਕਾਲ ਤਖਤ ਦੇ ਨਾਂ ਤੇ ਅਕਾਲ ਤਖਤ ਤੋਂ ਮੋਰਚੇ ਲੋਂਦੇ ਸੀ ਪਰ ਕੰਮ ਕਰਦੇ ਸੀ ਗੱਡੀਆਂ ਲੈਣ ਦਾ ਕੁਰਸੀਆਂ ਲੈਣ ਦਾ ਰਿਸ਼ਤੇਦਾਰਾਂ ਨੂੰ ਲੀਡਰ ਬਣਾਉਣ ਦਾ ਚਿੱਟਾ ਵੰਡ ਕੇ ਨਸ਼ਾ ਵੇਚਣ ਦਾ ਅੱਜ ਇਹ ਵੀ ਕਿ ਲਾਦਾ ਨੌਜਵਾਨ ਮੁੰਡਿਆਂ ਨੇ ਆਲਾ ਮਾਂ ਉਹ ਨਸ਼ੇੜੀ ਨਹੀਂ ਉਹ ਭਗਤ ਸਿੰਘ ਹੈ ਉਧਮ ਸਿੰਘਾ ਹੀਰੋ ਹੈ ਮੈਂ ਕਿ ਕਿ ਦੇੜੀ ਦਾੜੀ ਕੇਸ ਤੋਂ ਰਹਤ ਲੜਕਾ ਬੋਲਦਾ ਦੇਖਿਆ ਉਹ ਕਹਿੰਦਾ ਸੀ ਮੈਂ ਤਾਂ ਦਾੜੀ ਕੇਸ ਨਹੀਂ ਪਰ ਮੈਂ குரு ਗਵੰਦ ਸਿੰਘ ਦਾ ਪੁੱਤਰ ਹੈ ਵਾਹ 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 ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਦੁਨੀਆਂ ਦੇ ਦੇਸ਼ਾਂ 'ਚ ਬੈਠੇ ਪੰਜਾਬੀ ਦੇਖ ਰਹੇ ਆ ਕਹਿੰਦੇ ਬਾਹਰਲੇ ਗੁਰਦੁਆਰਿਆਂ 'ਚ ਮੱਤੇ ਹੋ ਰਹੇ ਆ ਤੇ ਮੈਂ ਤੁਹਾਨੂੰ ਆਖਰ 'ਚ ਬੇਨਤੀ ਕਰਦਾ ਮੈਂ 5 ਮਿੰਟ 'ਚ ਬੋਲਣਾ ਸੀ ਆਖਰ 'ਚ ਬੇਨਤੀ ਕਰਦਾ ਕਿ ਸਾਰੇ ਸਿਆਸਤਦਾਨੋਂ ਖਾਸ ਤੌਰ ਤੇ ਪੰਜਾਬ ਦਿਓ ਹਿੰਦੁਸਤਾਨ ਦੇ ਉਹ ਦੁਆਈ ਰੱਬ ਦੀ ਜਾਣਦੇ ਹੋ ਤੋਂ ਆਪਣੀ ਹਰ ਗੱਲ ਵੋਟਾਂ ਲਈ ਹੁੰਦੀ ਸੀ ਚੋਣਾਂ ਲਈ ਹੁੰਦੀ ਸੀ ਬੁੱਧੂ ਬਣਾਉਣ ਲਈ ਹੁੰਦੀ ਸੀ ਖੁੱਦ ਕਰਦੀ ਸੀ ਇਹ ਪਹਿਲੀ ਵਾਰ ਹੈ ਕਿਸਾਨ ਜਥੇਬੰਦੀਆਂ ਕੇਵਲ ਤੇ ਕੇਵਲ ਖਸਾਨੀ ਲਈ ਲੜ ਰਹੀਆਂ ਨੇ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਲੀਡਰ ਮੰਨ ਲਓ ਆਗੂ ਮੰਨ ਲਓ ਜਰਨਲ ਮੰਨ ਲਓ ਕਮਾਂਡਰ ਮੰਨ ਲਓ ਤੇ ਉਹਨਾਂ ਦੇ ਪਿੱਛੇ ਉਹਨਾਂ ਦੀ ਮਦਦ ਕਰੋ ਕਿਸਾਨੀ ਦੀ ਜਿੱਤ ਇਨਸਾਨੀਅਤ ਦੀ ਦੇਸ਼ ਦੀ ਹੱਕਾਂ ਦੀ ਜਿੱਤ ਹੈ ਬਹੁਤ ਬਹੁਤ ਧੰਨਵਾਦ